दैनिक सवेरा टीवी देख रहे हो तुसी, मैं हाँ विनित कपूर, और इस वेले खटखट कला दी थानू हर एक तस्वीर जिहड़ी है वह खाण जा रहे हैं। जिस ढंग दे नाल भगवंत मान का सहुं चुक समागम, और उस सहुं चुक समागम दे विच जिहड़ी लखां दी गिणती दे विच पंजाब इकट्ठा हुंदा होया नजर आ रहा है, तस्वीरां जिहड़ियां ने उह वेखण नूं बणदियां ने इत्थे, क्योंकि एक वड्डा पंडाल लाया होया, तकरीबन कहा जांदा है कि 13 एकड़ के आस पास का पंडाल, और पूरा पंडाल जिहड़ा भरिया होया नजर आ रहा है। इस दे बावजूद भी तुसी जिहड़े एंट्री गेट है उसके उपर दी जे तुहानूं तस्वीरां विखाई है, हजे भी लोगों के आने का सिलसिला जिहड़ा वह लगातार जारी है। तुसी तस्वीरां वेख सकते हो वड्डी गिणती दे विच लोगों का इकट्ठ जिहड़ा वह इस सहुं चुक समागम का हिस्सा बनता होया नजर आ रहा है। जिहड़ियां तस्वीरां तुसी वेख सकते हो, हालांकि चैकिंग करके लोगों नूं अंदर जाण दित्ता जांदा है, मैटल डिटेक्टर लाए हुए ने, पुलिस फोर्स जिहड़ी है वह वड्डी गिणती दे विच तैनात की हुई है, लोगों की चैकिंग जिहड़ी है प्रोपर ढंग नाल की जाती है। चैकिंग इसलिए कि कोई भी असमाजिक तत्व जिहड़ा किसी भी असमाजिक घटना नूं अंजाम ना दे सके, इसलिए इत्थे सिक्योरिटी दे प्रबंध किए हुए ने। लेकिन दूजे पासे जिहड़ियां तस्वीरां इस कट दीआं वेखण नूं मिल रहीआं ने, आपां इस वक्त इस पंडाल दे बिल्कुल अखीर दे विच मौजूद हां, तुहानूं इस अखीर तों लै के शुरुआत तक दा माहौल विखावांगे कि शुरुआत तक दी स्टेज जिहड़ी है की आखदी नजर आउंदी है। रस्ते दे विच जिहड़े लोक की सीधे तौर ते अज आ धरती बसंती रंग दे विच रंगी हुई नजर आ रही है, एक सज्जन साडे नाल भी ने, गलबात करने आ बसंती। भगवंत मान जी ने शुरू तो बहुत मेहनत कीती है और वो इस मुख्यमंत्री दी सीट लई डिजर्व करदे सीगे, और सानू भी बहुत उम्मीद है कि वो साडे लई बहुत कुछ करनगे, साडे लई नहीं सारे पंजाब लई बहुत कुछ करनगे, और सारयां दे घर दीआं खुशियां वापस लियाणगे। हर कोई इस उम्मीद लई इन्नी इन्नी दूरों चल के आया, हर कोई इसे लिए आया कि साडे बच्चे काम करन, सवेरे जान शामी घर वापस आन, ए नशा जिहड़ा साडे पंजाब च है सानू पूरी उम्मीद है भगवंत मान जी इहनू खत्म करनगे, और सारयां नू हर पास्यों खुशियां देण दी कोशिश करनगे। ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਔਰ ਜਿਸ ਢੰਗ ਦੇ ਨਾਲ ਇੱਥੇ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ, ਯਾਨੀ ਆਹ ਵੱਡਾ ਇਕੱਠ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਸ ਢੰਗ ਦੀ ਹਨੇਰੀ ਸੀ ਇੱਥੇ ਆਮ ਆਦਮੀ ਪਾਰਟੀ ਦੀ, ਕਿਸ ਢੰਗ ਦੇ ਨਾਲ ਬਦਲਾਵ ਨੂੰ ਲੋਕਾਂ ਨੇ ਚੁਣਿਆ, ਔਰ ਉਹ ਬਦਲਾਵ ਜਿਹੜਾ ਉਹ ਕਿਸ ਢੰਗ ਦੇ ਨਾਲ ਇੱਥੇ ਇਸ ਇਕੱਠ ਦੇ ਰੂਪ ਦੇ ਵਿੱਚ ਠਾਠਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਅਖੀਰਲੀ ਤਸਵੀਰ ਤੁਹਾਨੂੰ ਵਿਖਾਈ, ਹੁਣ ਅੱਗੇ ਅੱਗੇ ਵੱਧਦੇ ਜਾਵਾਂਗੇ, ਰਸਤੇ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਸ ਢੰਗ ਦੇ ਨਾਲ ਇੱਥੇ ਪ੍ਰਬੰਧ ਕੀਤੇ ਹੋਏ ਨੇ, ਲੋਕਾਂ ਦੇ ਬਹਿਣ ਦੇ ਪ੍ਰਬੰਧ ਕੀਤੇ ਹੋਏ ਨੇ, ਉਹਨਾਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਇੱਥੇ ਕੀਤਾ ਹੋਇਆ, ਸਿਕਿਉਰਿਟੀ ਫੋਰਸਿਸ ਜਿਹੜੀਆਂ ਨੇ ਉਹ ਥਾਂ ਥਾਂ ਤੇ ਲਾਈਆਂ ਹੋਈਆਂ ਨੇ, ਨਜ਼ਰ ਬਣਾਏ ਹੋਏ ਨੇ, ਸਿਕਿਉਰਿਟੀ ਫੋਰਸਿਸ ਵੀ ਜਿਹੜੀਆਂ ਨੇ ਇਸ ਪੂਰੇ ਜਿਹੜਾ ਸਹੁੰ ਚੁੱਕ ਸਮਾਗਮ ਹੈ ਉਸਦੇ ਉੱਪਰ, ਔਰ ਅਸੀਂ ਵੀ ਲੋਕਾਂ ਦੇ ਵਿਚਾਲੋਂ ਹੁੰਦੇ ਹੋਏ ਮੇਨ ਸਟੇਜ ਤੱਕ ਜਾਵਾਂਗੇ, ਤੁਹਾਨੂੰ ਇੱਕ ਇੱਕ ਤਸਵੀਰ ਵਿਖਾਵਾਂਗੇ ਕਿਸ ਢੰਗ ਦਾ ਸਹੁੰ ਚੁੱਕ ਸਮਾਗਮ ਹੈ, ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਨੇ। ਆਖਿਰ ਲੋਕਾਂ ਦਾ ਕੀ ਕਹਿਣਾ, ਕਿਸ ਢੰਗ ਦਾ ਦੇਖਦੇ ਹਾਂ ਇਸ ਸਰਕਾਰ ਨੂੰ, ਔਰ ਜਿਹੜਾ ਫਤਵਾ ਇਸ ਵਾਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਤਾ। ਹਾਂਜੀ, ਅੰਦਰ ਐਂਟਰੀ ਨਹੀਂ ਹੈਗੀ ਜੀ, ਪਾਸ ਦੇ ਹੁੰਦੇ ਹੋਏ ਕੁਰਸੀਆਂ ਖਾਲੀ ਨੇ, ਸਾਨੂੰ ਅੰਦਰ ਨਹੀਂ ਬਣ ਦਿੱਤਾ ਜਾ ਰਿਹਾ, ਅਸੀਂ ਤਾਂ ਵੀ ਬਾਹਰ ਜਾ ਰਹੇ ਹਾਂ। ਹੁਣ ਤਾਂ ਐਂਟਰੀ ਹੋ ਗਈ ਜੀ, ਮੈਂ ਹਲਕਾ ਸਾਨੇ ਵਾਲ ਨਹੀਂ ਕੁਰਸੀਆਂ ਤੇ ਜਿੱਥੇ ਜਾਣ ਦੀ ਆ, ਔਰ ਡੀਐਸਪੀ ਸਾਹਿਬ ਨੂੰ ਵੀ ਮਿਲਿਆ ਮੈਂ, ਸੁਣੋ ਮੇਰੀ ਗੱਲ, ਕੁਰਸੀਆਂ ਪਈਆਂ ਇੱਥੇ ਹੋ ਜੋੜ ਦਾ ਸਾਨੇ ਵਾਲ ਦਾ ਇੰਚਾਰਜ ਆ ਜੀ। ਹਾਂਜੀ ਹਾਂਜੀ, ਉਹਦੇ ਬਾਵਜੂਦ ਇਹ ਹਾਲਤ ਹੈ। ਅੱਛਾ, ਚਲੋ, ਕੁਛ ਇੱਕ ਲੋਕਾਂ ਨੂੰ ਜ਼ਰੂਰ ਤਕਲੀਫ ਆਉਂਦੀ ਹੈ, ਲੇਕਿਨ ਲੋਕੀ ਜਿਹੜੇ ਨੇ ਉਹ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਵੇਖ ਸਕਦੇ ਹੋ ਕਿ ਕਿਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ। ਹਾਂਜੀ, ਸੁਖਾਲੇ ਐਂਟਰੀ ਹੋ ਗਈ, ਬੜੀ ਔਖੀ ਹੋ ਗਈ, ਪਬਲਿਕ ਬਹੁਤ ਹੈ, ਮਨ ਖੁਸ਼ ਹੋ ਗਿਆ, ਨਵਾਂ ਮਸੀਹਾ ਬਣ ਕੇ ਪੰਜਾਬ ਦੇ ਵਿੱਚ ਆ ਗਿਆ, ਕਾਲੇ ਕਾਨੂੰਨ ਜਿਹੜੇ ਰੱਦ ਕਰਾ ਕੇ ਇਹ ਸ਼ਾਂਤੀ ਮਿਲੀ ਸਾਡੇ ਮਨ ਨੂੰ, ਅਸੀਂ ਦੁੱਬੇ ਪਤਲੇ ਲੋਕ ਹੈ ਪਰ ਸਾਨੂੰ ਅਕਲ ਆਈ, ਵੋਟਾਂ ਪਾਈਆਂ ਤੇ ਸਾਡੀ ਆਪ ਦੀ ਸਰਕਾਰ ਆਈ, ਨਵੀਂ ਸਰਕਾਰ ਬਣ ਰਹੀ ਹੈ, ਕਿੰਨੀਆਂ ਕੁ ਆਸਾਂ ਨੇ? ਬਹੁਤ ਆਸਾਂ ਆ ਜੀ, ਰੋਟੀ ਪਾਣੀ ਸੌਖਾ ਖਾਵਾਂਗੇ, ਇਹ ਖਾ ਲਿਆ ਸਾਨੂੰ ਲੁੱਟ ਕੇ ਸਰਕਾਰਾਂ ਨੇ, 200 ਰੁਪਏ ਕਿਲੋ ਤੇਲ ਕਿਤੇ ਵਿਕਿਆ ਸੀਗਾ, ਅੱਜ ਸਾਡੇ ਵਾਲ ਚਿੱਟੇ ਹੋਏ, ਤੇਲ ਲਾਣ ਨੂੰ ਨਹੀਂ ਮਿਲਦਾ, ਖਾਣਾ ਤਾਂ ਅਸੀਂ ਕੀ ਆ? ਬਿਲਕੁਲ, ਦੇਖੋ ਵੱਡੀ ਗੱਲ ਆਖੀ ਹੈ, ਵਾਲ ਚਿੱਟੇ ਹੋ ਗਏ, ਤੇਲ ਲਾਣ ਨੂੰ ਨਹੀਂ ਮਿਲਦਾ, ਖਾਣਾ ਤੇ ਕੀ? ਹਾਂਜੀ, ਨਵੀਂ ਸਰਕਾਰ ਬਣਦੀ ਨਜ਼ਰ ਆ ਰਹੀ ਹੈ, ਸਤਿ ਸ਼੍ਰੀ ਅਕਾਲ ਜੀ, ਭਗਵੰਤ ਮਾਨ ਸਾਹਿਬ ਸਹੁੰ ਚੁੱਕਦੇ ਹੋਏ ਨਜ਼ਰ ਆ ਰਹੇ ਨੇ, ਔਰ ਸਿੱਧੇ ਤੌਰ 'ਤੇ
ਕਹਿੰਦੇ ਪੰਜਾਬੀਆਂ ਨੇ ਇਸ ਵਾਰ ਬਦਲਾਵ ਨੂੰ ਚੁਣਿਆ ਕਿੱਦਾਂ ਦੇਖਦੇ ਹੋ ਇਸ ਨਵੀਂ ਸਰਕਾਰ ਨੂੰ ਔਰ ਜਿਸ ਢੰਗ ਦਾ ਇਕੱਠ ਇੱਥੇ ਵੇਖਣ ਨੂੰ ਮਿਲ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਵੀਰ ਜੀ ਕਿਉਂਕਿ ਪਹਿਲੀ ਵਾਰ ਆਏ ਹਾਂ ਅਸੀਂ 34-35 ਸਾਲਾਂ ਦੀ ਉਮਰ ਹੋ ਗਈ ਪਿੰਡ ਘਰਾਚੋਂ ਇੱਥੇ ਭਗਵੰਤ ਮਾਨ ਦੀ ਰਾਜਧਾਨੀ ਕਿਹਾ ਜਾਂਦਾ ਉੱਥੋਂ ਆ ਰਹੇ ਅਸੀਂ 7 ਬੱਸਾਂ ਲੈ ਕੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਵਧਾਈਆਂ ਦੇ ਰਹੇ ਹਾਂ ਅਸੀਂ ਸਾਡੀ ਟੀਮ ਆ ਜਿਹੜੀ ਸਾਰੀ ਪਹੁੰਚ ਚੁੱਕੀ ਹੈ ਸਾਰੀ ਤੇ ਬਾਕੀ ਹੁਣ ਅੱਗੇ ਦੇਖ ਰਹੇ ਹਾਂ ਪ੍ਰੋਗਰਾਮ ਬਿਲਕੁਲ ਦੇਖੋ ਪ੍ਰੋਗਰਾਮ ਵੇਖਣ ਲਈ ਵੱਡੀ ਗਿਣਤੀ ਦੇ ਵਿੱਚ ਜਿਸ ਢੰਗ ਦੇ ਨਾਲ ਲੋਕ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਵਿਖਾ ਦਿੰਦੇ ਹਾਂ ਐਂਡਲ ਦੇ ਗੇਟ ਤੋਂ ਆਪਾਂ ਸ਼ੁਰੂ ਕੀਤਾ ਸੀ ਅੱਧ ਵਿਚਾਲੇ ਪਹੁੰਚੇ ਹਾਂ ਔਰ ਅੱਧ ਵਿਚਾਲੇ ਦੇ ਵਿੱਚ ਜਿਹੜਾ ਇਕੱਠ ਹੈ ਉਹ ਵੇਖਣ ਨੂੰ ਮਿਲ ਰਿਹਾ ਕਿਸ ਢੰਗ ਦਾ ਇਕੱਠ ਹੈ ਜਿੰਨੇ ਵੀ ਇੱਥੇ ਇਹਨਾਂ ਨੇ ਪੰਡਾਲ ਦੇ ਵਿੱਚ ਪ੍ਰੋਗਰਾਮ ਕੀਤੇ ਨੇ ਉਹ ਪ੍ਰੋਗਰਾਮਾਂ ਦੀ ਗੱਲ ਕਰੀਏ ਇਸ ਇਕੱਠ ਦੀ ਗੱਲ ਕਰੀਏ ਸਾਰੇ ਜਿਹੜੇ ਨੇ ਉਹ ਇੱਕ ਬਰਾਬਰ ਜਿਹੇ ਨਜ਼ਰ ਆਉਂਦੇ ਨੇ ਕਿਉਂਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਉਹ ਇਕੱਠ ਦਰਸਾਉਂਦਾ ਹੈ ਕਿ ਕਿੰਨੀ ਵੱਡੀ ਕਿੰਨਾ ਵੱਡਾ ਹਜੂਮ ਜਿਹੜਾ ਉਹ ਚੋਣਾਂ ਦੇ ਵਿੱਚ ਇਸ ਪਾਰਟੀ ਦੇ ਨਾਲ ਜੁੜਿਆ ਸੀ ਔਰ ਉਹੀ ਹਜੂਮ ਜਿਹੜਾ ਅੱਜ ਇਸ ਸਹੁੰ ਚੁੱਕ ਸਮਾਗਮ ਦਾ ਵੀ ਹਿੱਸਾ ਬਣ ਰਿਹਾ। ਹਾਂਜੀ ਹਾਂਜੀ, ਕਿੱਦਾਂ ਦੇਖਦੇ ਹੋ ਸਹੁੰ ਚੁੱਕ ਸਮਾਗਮ ਨੂੰ? ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ, ਇੱਕ ਨਵਾਂ ਇਨਕਲਾਬ ਆਉਣ ਲੱਗਿਆ। ਹਾਂਜੀ, ਜੋਸ਼ ਹੈਗਾ ਪੂਰਾ ਪੂਰਾ ਫੁੱਲ ਜੋਸ਼ ਹੈ, ਫੁੱਲ ਜੋਸ਼, ਸਾਰੇ ਪੰਜਾਬ ਜੋਸ਼ ਹੈ ਤੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੋਂ ਬਹੁਤ ਉਮੀਦਾਂ ਨੇ। ਇਨਕਲਾਬ ਜ਼ਿੰਦਾਬਾਦ। ਬਿਲਕੁਲ, ਦੇਖੋ ਇਨਕਲਾਬ ਦੇ ਨਾਰਿਆਂ ਦੇ ਨਾਲ ਆ ਪੰਡਾਲ ਵੀ ਗੂੰਜਦਾ ਹੋਇਆ ਨਜ਼ਰ ਆ ਰਿਹਾ। ਹਾਂਜੀ, ਹਮ ਲੋਕ ਕੇਰਲਾ ਸੇ ਆਇਆ ਹੈ, ਹਮਾਰਾ ਦੇਸ਼ ਕਾ ਇਤਨੀ ਬੜੇ ਏਕ ਮੌਕਾ, ਹਮਾਰਾ ਰਾਜਨੀਤੀ ਕਾ ਇਤਿਹਾਸ ਮੇ ਜੋ ਸੁਨਹਿਰੇ ਮੌਕਾ ਆਜ ਨੇ ਰਚਾ ਦਿਆ, ਇਸਲਿਏ ਉਸਮੇ ਹਮ ਖੁਦ ਸਾਕਸ਼ੀ ਹੋਣੇ ਕੇ ਲਿਏ ਯਹਾਂ ਪੇ ਮੌਜੂਦ ਹੋ ਗਿਆ ਹੈ। ਕੇਰਲਾ ਸੇ ਕਿਆ ਆਮ ਆਦਮੀ ਪਾਰਟੀ ਕੇ ਵਰਕਰ ਹੋ ਯਾ ਫਿਰ ਉਨਕੀ ਨੀਤੀਓ ਸੇ ਪ੍ਰਭਾਵਿਤ ਹੋ ਗਏ? ਉਨਕਾ ਨੀਤੀਓ ਸੇ ਪ੍ਰਭਾਵਿਤ ਹੋ ਔਰ ਆਮ ਆਦਮੀ ਪਾਰਟੀ ਕਾ ਕੇ ਲਿਏ ਹਮ ਜੈਸਾ ਹੋ ਸਕਤਾ ਹੈ ਹਮਾਰਾ ਏਕ ਏਕ ਚਾਂਸ ਮਤਲਬ ਏਕ ਹਮਾਰਾ ਏਕ ਸਹਿਯੋਗ ਏਕ ਹਮ 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 ਜੋ ਚਾਹਤੇ ਹਮ ਕਾਮਨ ਮੈਨ ਜੋ ਚਾਹਤਾ ਹੈ ਉਹ ਹਮ ਕੋਈ ਹਮ ਉਸਮੇ ਸ਼ਾਮਿਲ ਹੋ ਜਾਏ, ਜੋ ਹਮ ਨਹੀਂ ਕਰ ਪਾਤੇ ਉਹ ਕੋਈ ਅਗਰ ਕਰਤਾ ਹੈ ਤੋ ਉਨਕੋ ਸਾਥ ਦੇ, ਇਹ ਹਮਾਰਾ ਮਕਸਦ ਹੈ। ਸੱਚੇ ਦੇਸ਼ ਪ੍ਰੇਮੀ ਜੋ ਹਮਾਰਾ ਸਾਹਮਣੇ ਉਭਰ ਕੇ ਆ ਰਹੇ ਉਸਕੋ ਹਮਕੋ ਸਪੋਰਟ ਕਰਨਾ। ਕਿਆ ਮੈਸੇਜ ਲੈ ਕੇ ਆਏ ਹੋ ਮਲਿਆਲਮ ਮੇਂ? ਕਿਆ ਲਿਖਾ ਹੋਇਆ ਹੈ ਉਹਦੇ ਸੇ? ਬਹੁਤ ਲੋਗ ਹੈ ਮਲਿਆਲਮ ਮੇਂ, ਇਹ ਲਿਖਾ ਹੈ ਕਿ ਜੋ ਹਮਾਰਾ ਰਾਜਨੀਤੀ ਕਾ ਹਮਾਰਾ ਦੇਸ਼ ਕੀ ਜੋ ਰਿਪਬਲਿਕ ਹੈ ਉਸਕਾ ਸੱਚਾਈ ਜੀਤ ਮੇਂ ਹਮ ਵਧਾਈ ਦੇ ਰਹਾ ਹੂੰ ਕੇਰਲਾ ਸੇ। ਯਾਨੀ ਲੋਕਤੰਤਰ ਦੀ ਜਿਹੜੀ ਸੱਚੀ ਜਿੱਤ ਹੈ ਉਸ ਦੇ ਵਿੱਚ ਵਧਾਈ ਦੇਣ ਲਈ ਕੇਰਲਾ ਤੋਂ ਖਟਖਟ ਕਲਾ ਪਹੁੰਚੇ ਨੇ। ਯਾਨੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਲੋਕਾਂ ਦੇ ਵਿੱਚ ਜੋਸ਼ ਵੇਖਣ ਨੂੰ ਮਿਲ ਰਿਹਾ ਇਸ ਨਵੀਂ ਸਰਕਾਰ ਨੂੰ ਲੈ ਕੇ। ਆ ਸੱਜਣ ਜਿਹੜੇ ਨੇ ਕੇਰਲਾ ਤੋਂ ਆਏ ਨੇ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ, ਵਧਾਈ ਦੇਣ ਪਹੁੰਚੇ ਨੇ ਭਗਵੰਤ ਮਾਨ ਨੂੰ। ਔਰ ਇਹੋ ਜਿਹੀ ਹੋਰ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਵਿਖਾ ਦਿੰਦੇ ਹਾਂ ਕਿ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ, ਕੀ ਕੁਛ ਕਹਿ ਰਹੇ ਨੇ, ਕਿਉਂਕਿ ਵੱਡਾ ਇਕੱਠ ਜਿਹੜਾ ਉਹ ਜਿਸ ਢੰਗ ਦੇ ਨਾਲ ਇੱਥੇ ਵੇਖਣ ਨੂੰ ਮਿਲ ਰਿਹਾ। ਹਾਲਾਂਕਿ ਕਿੱਥੋਂ ਆਏ ਹੋ? ਮੈਂ ਹਲਕਾ ਘਨੌਰ ਤੋਂ ਆਇਆ ਜੀ, ਤੇ ਸਾਡੇ ਗੁਰਲਾਲ ਘਨੌਰ ਜੀ ਜਿੱਤੇ ਆ, ਇੰਟਰਨੈਸ਼ਨਲ ਕਬੱਡੀ ਖਿਡਾਰੀ ਆ, ਐਤਕੀ ਉਹਨਾਂ ਨੇ ਸਾਰਿਆਂ ਨੂੰ ਕਬੱਡੀ ਪਾ ਰੱਖਿਆ ਸੀਗਾ। ਇੱਧਰ ਮਾਨ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਅਕਾਲੀ ਕਾਂਗਰਸੀਆਂ ਨੂੰ ਕਬੱਡੀ ਪਾ ਰੱਖੀ ਸੀ, ਉੱਧਰ ਸਾਡੇ ਗੁਰਲਾਲ ਘਨੌਰ ਨੇ, ਮਦਨ ਲਾਲ ਜਲਾਲਪੁਰ, ਪ੍ਰੇਮ ਸਿੰਘ ਚੰਦੂ ਮਾਜਰਾ, ਪ੍ਰੇਮ ਸਿੰਘ ਭੰਗੂ, ਸਾਰਿਆਂ ਨੂੰ ਕਬੱਡੀ ਪਾ ਰੱਖੀ ਸੀ। ਆਮ ਆਦਮੀ ਪਾਰਟੀ ਨੇ ਬੜੀ ਪੈਂਦੀ ਨਜ਼ਰ ਆ ਰਹੀ ਹੈ, ਪੂਰੀ ਕੌਡੀ ਪਊਗੀ ਜੀ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਜੀ, ਕੀ ਕਹਿਣਾ ਚਾਹੁੰਦੇ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਹਿਲਾਂ ਜੀ ਆਇਆ ਦੈਨਿਕ ਸਵੇਰ ਵਾਲਿਆਂ ਨੂੰ, ਸਾਰਿਆਂ ਦਾ ਜੀ ਆਇਆ ਨਿੱਘਾ ਸਵਾਗਤ। ਔਰ ਆਮ ਆਦਮੀ ਦੀ ਸਰਕਾਰ ਬਣੀ ਆ, ਵਧੀਆ ਗੱਲ ਆ, ਸਾਰਿਆਂ ਨੂੰ ਚਾਹੀਦਾ ਵੀ ਆ, ਵੋਟਾਂ ਆਪਾਂ ਪਾਈਆਂ ਨੇ, ਸਾਰਿਆਂ ਨੂੰ ਬੇਰੁਜ਼ਗਾਰ ਮਿਲੂਗਾ, ਲੋਕਾਂ ਨੂੰ ਪੜ੍ਹੇ ਲਿਖੇ ਮੁੰਡਿਆਂ ਨੂੰ ਨੌਕਰੀ ਮਿਲੂਗੀ, ਨਸ਼ਾ ਵੀ ਖਤਮ ਹੋਊਗਾ ਪੰਜਾਬ ਦੇ ਵਿੱਚੋਂ, ਵਧੀਆ ਗੱਲ ਆ, ਬਹੁਤ ਆਸਾਂ ਹੈਗੀਆਂ ਨੇ, ਰੱਖੀਆਂ ਵੀ ਨੇ, ਹੋ ਜਾਣਗੀਆਂ ਪੂਰੀਆਂ। ਬਿਲਕੁਲ ਦੇਖੋ ਹੋ ਜਾਣਗੀਆਂ ਪੂਰੀਆਂ, ਆਸਾਂ ਉਮੀਦਾਂ ਦੇ ਨਾਲ ਇੱਥੇ ਲੋਕ ਜਿਹੜੇ ਨੇ ਉਹ ਪਹੁੰਚਦੇ ਨਜ਼ਰ ਆ ਰਹੇ ਨੇ। ਹਾਂਜੀ, ਵੇਖ ਲੈ ਭਗਤ ਸਿੰਘਾ ਹੜਿਆ ਗਿਆ, ਦਿੱਤਾ ਜੋ ਸੁਨੇਹਾ ਤੇਰਾ ਪੜਿਆ ਗਿਆ, ਵੇਖ ਲੈ ਪੰਜਾਬੀਆਂ ਦਾ ਹੜਿਆ ਗਿਆ, ਹੋ ਕਰਕੇ ਹਟਾਂਗੇ ਪੂਰਾ ਤੇਰੇ ਖਾਬ ਨੂੰ, ਰੰਗ ਤਾ ਬਸੰਤੀ ਰੰਗ ਚ ਪੰਜਾਬ ਨੂੰ, ਰੰਗ ਤਾ ਬਸੰਤੀ ਰੰਗ ਚ ਪੰਜਾਬ ਨੂੰ, ਖੁਸ਼ੀ ਨਾਲ ਵੇਖੋ ਚਿਹਰੇ ਖਿੜੇ ਆਏ ਨੇ, ਸਿਰਾਂ ਤੇ ਬਸੰਤੀ ਪੱਗਾਂ ਬੰਨ ਆਏ ਨੇ,
खुशी नाल वेखो चेहरे खिड़े आए ने सिरां ते बसंती पग्गां बन्ने आए ने रख ली सतौज वाले माना लाज नू रंग ता बसंती पग च रंगाज नू रंग ता बसंती रंग च पंजाब नू रंग ता बसंती रंग च पंजाब नू जिंदाबाद। की नाम है? गुरविंदर सिंह जी। कित्थों आए हो? खरड़ हलके तों। गाना तुसी आप लिखे? हाँ जी नहीं राइटिंग तो सेम काशपुरी है गाया है ना ने ते इलेक्शन च अपने काफी गाने चले मान साहब दी फेवर च सारे सुपरट गए ने मुक्ता देख दे जमान साहब सो चुकते हुए नजर आ रहे ने नवी सरकार बनदी नजर आ रही है और बदलाव दे नाम दे नाल सरकार बन रही है बहुत खुशी हो रही है अगे गड्डी 80 तो उपर नहीं पाई जी 120 दी स्पीड ते गड्डी आई है चंडीगढ़ तो खटखट कला नू स्पीड ते कंट्रोल होना चाहिए अज दे दिन वास्ते तां पूरी एनर्जी है नजर आ रहे ने और जिहड़ियां तस्वीरां भी तुहानूं विखा रहे जिस ढंग दे नाल असीं इक आम जिहड़े पब्लिक वाला गेट सी उत्थों एंट्री कीती सी अग्गे वधदे होए नजर आ रहे हां लोकां दे कट दे विच जिस ढंग दे नाल वड्डी गिनती दे विच लोकां दा कट्ठ जिहड़ा ओह इत्थे वेखण नूं मिल रिहा वड्डी गिनती दे विच लोक जिहड़े ने ओह इत्थे पहुंचदे होए नजर आ रहे ने और जिहड़ियां तस्वीरां तुसीं वेख सकदे हो हालांकि पंडाल दे विच जगह जिहड़ी है थुड़दी नजर आ रही है क्योंकि जिन्ना वड्डा कट्ठ है उस करके जगह घट होंदी नजर आ रही है इस करके इत्थे ही लोकां नूं रोकिया गया कि इत्थे ही एडजस्ट हो जाओ अगे दे जिहड़े सारे पंडाल ने ओह फुल होंदे होए नजर आ रहे ने और तस्वीरां जो इहनूं मेन स्टेज दीआं भी दिखावांगे कि मेन स्टेज दे उपर लोकां दा की कहना है इत्थे जिहड़े पंडाल दे विच लोग बैठे ने इन्हां दा की कहना है तुसीं वेख सकदे हो कि जिस ढंग दे नाल ब्लॉक बनाए होए ने हर एक ब्लॉक जिहड़ा ओह पूरी तरह नाल भरदा होया नजर आ रहा और आम आदमी पार्टी आर्मी बना के आई है जी इत्थे हाँ जी आ जाओ हाँ जी आर्मी वाले कोई कहना चाहो आ कैप्टन साहब आ जाओ अज देखो इन्ना कट्ठ है देखो अज किन्ना कट्ठ है देखो लखां करोड़ां दा कट्ठ है देखो अज इन्नी खुशी है इन्नी खुशी है पंजाबी लोगों को देखो है ना भगवंत मान की असि बहुत धन्यवाद करते हैं इन्हे सारे कट का कहना चाहोगे भगवंत मान साहब नू अज इत्थों कोई सुनेहा लाना चाहोगे असि जी उहदा बहुत शुक्रिया करना पहला तो पंजाब नू आजाद कराता मुगलों तो बाद पहली बारी पंजाब रियल सेंस च आजाद हो रहा अज बहुत बहुत बधाइया थानू सारिया नू पंजाबियों नू जिन्होंने दब के वोटा पाइया इन्हां ने धर्मां दे जात दे बरादरियां दे सारे जिहड़े फर्क सीगे मिटाते अज असी सरदार भगवंत सिंह सीएम जो अज सहु चुकन आए ने असी उन्हां दे नाल आए हां मैं खन्ने तों दरदार सिंह बल खन्ने हलके तों आया सो अज सानूं इस तरह लग रहा है भी सारे पासे बसंती दे फुल खड़े हुए ने ते शहीद भगत सिंह दे ओह ज्यादा बचपन तों लैके हुण तक सारियां आ रहियां ने मैं पूरे माण नाल कहना ਕਿ 100 ਸਾਲ ਹੁਣ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਖੁਸ਼ਹਾਲੀ ਭਰਿਆ ਜੀਵਨ ਜੀਊਗੀ ਤੇ 100 ਸਾਲ ਰਾਜ ਕਰੂਗਾ ਆਮ ਆਦਮੀ ਪਾਰਟੀ ਜਾਊਗਾ ਇਨਕਲਾਬ ਇਨਕਲਾਬ ਸਰਦਾਰ ਸਿੰਘ ਬਲ ਮਸਲੇ ਕਰਨਗੇ ਹੱਲ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਵੀ ਮਸਲੇ ਹੱਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਹੜੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਦਿੰਦੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਜਿਹੜਾ ਉਹ ਇਸ ਪੰਡਾਲ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਯਾਨੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਸੋਚੁਕ ਸਮਾਗਮ ਦਾ ਹਿੱਸਾ ਬਣਨ ਲਈ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਭਗਵੰਤ ਮਾਨ ਸਾਹਿਬ ਨੇ ਅਪੀਲ ਕੀਤੀ ਸੀ ਕਿ ਪੂਰਾ ਪੰਜਾਬ ਜਿਹੜਾ ਬਸੰਤੀ ਰੰਗ ਦੇ ਵਿੱਚ ਰੰਗਦਾ ਹੋਇਆ ਇਸ ਪੰਡਾਲ ਦੇ ਵਿੱਚ ਪਹੁੰਚੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚੇ ਔਰ ਉਹਨਾਂ ਦੀ ਅਪੀਲ ਨੂੰ ਲੈ ਕੇ ਹੱਥ ਦੇ ਵਿੱਚ ਫੋਟੋਆਂ ਚੱਕੀਆਂ ਹੋਈਆਂ ਨੇ ਆਪਣੇ ਢੰਗ ਦੇ ਨਾਲ ਲੋਕ ਜਿਹੜੇ ਨੇ ਉਹ ਭਗਵੰਤ ਮਾਨ ਦਾ ਵੈਲਕਮ ਕਰਦੇ ਨਜ਼ਰ ਆ ਰਹੇ ਨੇ ਬਤੌਰ ਮੁੱਖ ਮੰਤਰੀ ਵੈਲਕਮ ਕੀਤਾ ਜਾ ਰਿਹਾ ਧੰਨਵਾਦ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਬਦਲਾਵ ਦੀ ਜਿਹੜੀ ਨਵੀਂ ਨੁਹਾਰ ਦੀ ਗੱਲ ਹੋ ਰਹੀ ਹੈ ਛੇਤੀ ਪੰਜਾਬ ਦੇ ਵਿੱਚ ਉਹ ਬਦਲਾਵ ਵੀ ਆਉਂਦਾ ਨਜ਼ਰ ਆਏਗਾ ਅੱਗੇ ਦੀਆਂ ਵੀ ਤੁਹਾਨੂੰ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਵਿਖਾ ਦਿੰਦੇ ਹਾਂ ਕਿ ਕਿਸ ਢੰਗ ਦੀਆਂ ਤਸਵੀਰਾਂ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਕਿਸ ਢੰਗ ਦਾ ਮਾਹੌਲ ਜਿਹੜਾ ਉਹ ਇੱਥੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਇੱਥੋਂ ਸਟੇਜ ਜਿਹੜੀ ਹੈ ਉਹ ਥੋੜ੍ਹੀ ਦੂਰੀ ਦੇ ਉੱਪਰ ਹੈ ਸਟੇਜ ਥੋੜ੍ਹੀ ਦੂਰੀ ਦੇ ਉੱਪਰ ਹੈ ਲੇਕਿਨ ਇਕੱਠ ਜਿਹੜਾ ਉਹ ਆਪਣੇ ਆਪ ਹੀ ਬਿਆਨ ਕਰ ਰਿਹਾ ਕਿ ਕਿਸ ਢੰਗ ਦੇ ਨਾਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਆਉਂਦੀ ਹੋਈ ਨਜ਼ਰ ਆਈ ਸੀ ਕਿਸ ਢੰਗ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਇਆ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਭੇਜਿਆ ਜੀ ਕੀ ਕਹਿਣਾ ਚਾਹੋਗੇ ਅੱਜ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣ ਰਹੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕਹਿਣਾ ਚਾਹੋਗੇ ਵੀ ਜੋ ਜਿੱਦਾਂ ਬਦਲਾਅ ਆਇਆ ਵਾ ਉਸ ਹਿਸਾਬ ਦੇ ਨਾਲ ਹੀ ਜੋ ਜੋ ਵਾਅਦੇ ਕੀਤੇ ਆ ਉਹ ਪੂਰੇ ਉਤਰਨਗੇ ਅਤੇ ਸਾਨੂੰ ਮਾਣ ਆ ਭਗਵੰਤ ਮਾਨ ਸਾਹਿਬ 'ਤੇ
ਬਿਲਕੁਲ ਬਿਲਕੁਲ ਚੜ੍ਹਦੀ ਕਲਾ ਚ ਰਹੂਗਾ ਜੀ। ਵੇਖੋ ਜੀ 75 ਸਾਲ ਪੰਜਾਬ ਨੂੰ ਦੋ ਪੁੜੀਆਂ ਚ ਪਿੱਸਦੇ ਰਹੇ ਆ, ਚੱਕੀ ਚ ਇੱਕ ਕਾਂਗਰਸ ਅਕਾਲੀ, ਉਹ ਹੁਣ ਚੱਕੀ ਬਾਂਬੇ ਹੋਈ ਆ ਤੇ ਭਗਵੰਤ ਮਾਨ ਆ, ਸਾਨੂੰ ਬੜੀ ਆਸ ਆ ਵੀ ਹੁਣ ਆਪਾਂ ਚੱਕੀਆ ਤੋਂ ਵੱਜ ਜਾ ਕੇ ਪਿੱਛੇ ਨਹੀਂ ਜਾਵਾਂਗੇ। ਇਸ ਕਰਕੇ ਜਨਤਾ ਆਈ ਹੈ ਬੜੀ ਖੁਸ਼ ਵਾ ਤੇ ਆਪਸ਼ਨ ਮਿਲ ਗਿਆ ਲੋਕਾਂ ਨੂੰ ਜਿਹੜੇ ਰਵਾਇਤੀ ਪਾਰਟੀਆਂ ਦੇ ਵਿੱਚ ਉਲਝ ਕੇ ਰਹਿ ਗਏ, ਜਿਹੜੇ ਚੋਰ ਸੀ ਗੜਾ ਦਿਓ, ਚੋਰਾਂ ਦੀ ਪਾਰਟੀ ਲਾਂਭੇ ਇਮਾਨਦਾਰ ਦੀ ਅੱਗੇ। ਇਮਾਨਦਾਰ ਜਿਹੜੇ ਨੇ ਉਹ ਹੁਣ ਸੱਤਾ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ, ਇਸ ਤਰ੍ਹਾਂ ਦੀ ਗੱਲ ਆ ਲੋਕ ਆਖਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਕਿ ਕਿਸ ਢੰਗ ਦੀ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ। ਬਸੰਤੀ ਰੰਗ ਦੇ ਵਿੱਚ ਜਿਸ ਢੰਗ ਦੇ ਨਾਲ ਖਟਖਟ ਕਲਾਂ ਦੀ ਧਰਤੀ ਜਿਹੜੀ ਹੈ ਉਹ ਰੰਗੀ ਹੋਈ ਨਜ਼ਰ ਆ ਰਹੀ ਹੈ, ਸਾਰੇ ਪਾਸੇ ਬਸੰਤੀ ਰੰਗ ਜਿਹੜਾ ਉਹ ਨਜ਼ਰ ਆ ਰਿਹਾ, ਜਿਸ ਢੰਗ ਦੀ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ। ਭਗਵੰਤ ਮਾਨ ਸਾਹਿਬ ਖੁਦ ਅਪੀਲ ਕਰਦੇ ਨਜ਼ਰ ਆਏ ਸੀ ਕਿ ਬਸੰਤੀ ਰੰਗ ਦੇ ਵਿੱਚ ਹੀ ਰੰਗ ਕੇ ਆਉਣਾ, ਬਸੰਤੀ ਰੰਗ ਦੇ ਵਿੱਚ ਹੀ ਪੱਗਾਂ ਜਿਹੜੀਆਂ ਨੇ ਉਹ ਪਾਈਆਂ ਹੋਣੀਆਂ ਚਾਹੀਦੀਆਂ ਨੇ। ਔਰ ਉਹੀ ਪੱਗਾਂ ਦੇ ਵਿੱਚ ਲੋਕ ਆਏ ਨੇ, ਜਿਹੜੀਆਂ ਮਹਿਲਾਵਾਂ ਇੱਥੇ ਪਹੁੰਚੀਆਂ ਨੇ ਉਹਨਾਂ ਨੇ ਬਸੰਤੀ ਰੰਗ ਦੀ ਚੁੰਨੀਆਂ ਜਿਹੜੀਆਂ ਨੇ ਉਹ ਵੀ ਲਿੱਤੀਆਂ ਹੋਈਆਂ ਨੇ, ਯਾਨੀ ਪੂਰਾ ਦਾ ਪੂਰਾ ਪੰਡਾਲ ਜਿਹੜਾ ਉਹ ਬਸੰਤੀ ਰੰਗ ਦੇ ਵਿੱਚ ਵੀ ਰੰਗਿਆ ਹੋਇਆ ਨਜ਼ਰ ਆ ਰਿਹਾ। ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਦੀ ਤਸਵੀਰਾਂ ਨੇ, ਕਿਸ ਢੰਗ ਦਾ ਇਕੱਠ ਜਿਹੜਾ ਉਹ ਇੱਥੇ ਵੇਖਣ ਨੂੰ ਮਿਲ ਰਿਹਾ। ਯੂਥ ਜਿਹੜਾ ਉਹ ਜਿਹੜਾ ਸਿੱਧੇ ਤੌਰ 'ਤੇ ਇੱਥੇ ਪਹੁੰਚਿਆ, ਉਸ ਨਾਲ ਗੱਲ ਕਰਾਂਗੇ, ਕੀ ਕਹੋਗੇ ਜੀ? ਜੀ ਮੈਂ ਦੇਖ ਇਹ ਕਹਿਣਾ ਚਾਹੂੰਗਾ ਕਿ ਅੱਜ ਜੋ ਹੈ ਪੂਰੇ ਪੰਜਾਬ ਮੇਂ ਇਨਕਲਾਬ ਸੇ ਆਏ ਹੋ? ਹਮ ਹਲਕਾ ਜੀਰਾ ਸੇ ਆਏ ਹੈ। ਜੀਰਾ ਸੇ? ਹਾਂਜੀ। ਹਿੰਦੀ ਬੋਲਤੇ ਹੋ? ਜੀ ਜੀ ਜ਼ਰੂਰ ਹਿੰਦੀ ਬੋਲੇਂਗੇ, ਆਪਕੋ ਦੇਖ ਲਿਆ ਤੋ ਹਿੰਦੀ ਬੋਲੇਂਗੇ। ਬਿਲਕੁਲ ਬਿਲਕੁਲ ਜੀ ਜੀ। ਹਮਾਰੇ ਜੋ ਕਿੱਦਾਂ ਦੇਖਦੇ ਹੋ ਜੀ ਅੱਜ ਬਦਲਾਵ ਨੂੰ ਲੋਕਾਂ ਨੇ ਚੁਣਿਆ, ਔਰ ਉਹ ਬਦਲਾਵ ਜਿਹੜਾ ਇੱਥੇ ਵੀ ਵੇਖਣ ਨੂੰ ਮਿਲ ਰਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣ? ਜੀ ਜੀ ਬਿਲਕੁਲ ਆਏ, ਔਰ ਅੱਜ ਮੈਨੇ ਦੇਖਿਆ ਕਿ ਇਨਕਲਾਬ ਆ ਚੁੱਕਾ ਹੈ, ਔਰ ਜੋ ਜੋ ਵਾਅਦੇ ਭਗਵੰਤ ਮਾਨ ਜੀ ਨੇ ਹਮਾਰੇ ਪੰਜਾਬ ਸੇ ਕੀਏ ਹੈ ਵੋ ਬਹੁਤ ਜਲਦੀ ਵਿਦਨ ਟੂ ਈਅਰਸ ਵੋ ਪੂਰੇ ਕਰਕੇ ਪੰਜਾਬ ਕੇ ਲੋਕੋ ਕੋ ਦਿਖਾਏਂਗੇ। ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਅਗਲੇ 10-15-20 ਸਾਲ ਨਹੀਂ ਜਾਏਗੀ। ਬਿਲਕੁਲ, ਦੇਖੋ ਸਿੱਧੇ ਤੌਰ ਤੇ 2 ਸਾਲਾਂ ਦੀ ਗੱਲ ਕਰ ਰਹੇ ਨੇ ਕਿ 2 ਸਾਲਾਂ ਦੇ ਵਿੱਚ ਵਾਅਦੇ ਪੂਰੇ ਹੋਣਗੇ। ਹਾਂਜੀ, ਬਸੰਤੀ ਰੰਗ ਦੇ ਵਿੱਚ ਰੰਗੇ ਹੋਏ ਹੋ? ਹਾਂਜੀ ਸਰ, ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਹਮ ਸ਼ਹੀਦੇ ਆਜ਼ਮ ਜੀ ਪੰਜਾਬੀ। ਹਾਂ, ਬਹੁਤ ਚੰਗਾ ਲੱਗ ਰਿਹਾ ਕਿ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਦੇਖਣ ਦਾ ਮੌਕਾ ਮਿਲਿਆ, ਅਤੇ ਸਾਰੇ ਲੱਖਾਂ ਜੋ ਵੀ ਸਰੋਤੇ ਆਏ ਹੋਏ ਹੈ, ਸਾਰੀ ਸੰਗਤ ਆਈ ਹੈ। ਬੜੀ ਫਕਰ ਵਾਲੀ ਗੱਲ ਹੈ ਕਿ ਇਹ ਪਹਿਲੇ CM ਹੋਣਗੇ ਜਿਨ੍ਹਾਂ ਨੇ ਅੱਜ ਇਨਕਲਾਬ ਦਾ ਵਾਅਦਾ ਪੂਰਾ ਕਰਨਗੇ, ਔਰ ਇਹ ਧਰਤੀ 'ਤੇ ਪਰਨ ਕਰਨਗੇ ਕਿ ਇਹ ਰੰਗਲਾ ਪੰਜਾਬ ਬਣਨਾ ਚਾਹੀਦਾ ਹੈ, ਅਤੇ ਬਣੇਗਾ ਵੀ ਜ਼ਰੂਰ। ਬਿਲਕੁਲ, ਦੇਖੋ ਰੰਗਲੇ ਪੰਜਾਬ ਦੀਆਂ ਗੱਲਾਂ ਹੁੰਦੀਆਂ ਨੇ, ਉਸ ਪੰਜਾਬ ਦੀਆਂ ਗੱਲਾਂ ਹੁੰਦੀਆਂ ਨੇ। ਹਾਂਜੀ, ਪਿੰਡ ਨੌਜਵਾਨ ਸਰਦੂਲਗੜ੍ਹ ਤੋਂ ਹਲਕਾ ਪਿੰਡ ਲੋਹਗੜ੍ਹ ਤੋਂ ਬੋਲ ਰਹੇ ਹਾਂ ਜੀ, ਅਤੇ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਬੁਲਾਓ ਵੀਡੀਓ ਨੂੰ। ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਭਗਵੰਤ ਮਾਨ ਦੀ ਬਹੁਤ ਸੋਚ ਬਹੁਤ ਅੱਛੀ ਅਤੇ ਬਹੁਤ ਵਧੀਆ ਹੈ ਜੀ। ਨੌਜਵਾਨ ਯੂਥ ਦੇ ਸਪੋਰਟ ਨਾਲ ਅਸੀਂ ਬਹੁਤ ਹਲਕੇ ਨੂੰ ਬਹੁਤ ਸਪੋਰਟ ਦਿੱਤੀ ਹੈ, ਅਤੇ ਸਰਦੂਲਗੜ੍ਹ ਹਲਕਾ ਤੋਂ ਬਹੁਤ ਜ਼ਿਆਦਾ ਉਮੀਦਵਾਰ 66 ਮਾਲਵੇ 'ਚੋਂ 66 ਸੀਟਾਂ ਬਹੁਤ ਜ਼ਬਰਦਸਤੀ ਨਾਲ ਨੌਜਵਾਨ ਯੂਥ ਨੇ ਪੂਰੀ ਸਪੋਰਟ ਨਾਲ ਪੂਰੀ ਮਦਦ ਨਾਲ ਆਪਾਂ ਸਪੋਰਟ ਕੀਤੀ ਹੈ ਭਗਵੰਤ ਮਾਨ ਦੀ ਸੋਚ 'ਤੇ। ਖਟਕਣ ਕਲਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਪਿੰਡ ਦੇ ਵਿੱਚ ਸ਼ਾਮਿਲ ਹੋਇਆ, ਯੂਥ ਸਾਰਾ ਲੈ ਕੇ ਹਾਜ਼ਰ ਹੋਇਆ, ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਭਗਵੰਤ ਮਾਨ 'ਤੇ ਕਿ ਗੁਰਪ੍ਰੀਤ ਬਣਾਉਣ ਵਾਲੀ ਸਾਡੇ MLA ਬਹੁਤ ਇਮਾਨਦਾਰ ਬੰਦੇ ਨੇ ਜੀ, ਬਹੁਤ ਸੋਚ ਅੱਛੀ ਹੈ ਜੀ, ਸਾਰਾ ਮਤਲਬ ਕਿ ਨਸ਼ਾ ਜੋ ਰੋਜ਼ਗਾਰੀ ਸਭ ਦੇਣਗੇ ਜੀ, ਸਾਨੂੰ ਪੂਰਾ ਵਿਸ਼ਵਾਸ ਹੈ ਗੁਰਪ੍ਰੀਤ ਬਣਾਉਣ ਵਾਲੀ 'ਤੇ। ਗੁਰਪ੍ਰੀਤ MLA ਸਾਡਾ ਸਰਦੂਲਗੜ੍ਹ, ਗੁਰਪ੍ਰੀਤ ਬਣਾਉਣ ਵਾਲੀ। ਇੱਕ ਪਾਰਟੀ ਨੂੰ ਪਾਸੀ ਪਾਰਟੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਪਾਰਟੀ ਹੋਸ਼ ਵਿੱਚ ਆ ਕੇ ਆਪਣਾ ਜੋਸ਼ ਨਾ ਗਵਾ ਲਏ ਜੀ। ਜਾਗਰੂਕ ਹੁੰਦੇ ਨਜ਼ਰ ਆ ਰਹੇ ਨੇ ਤੇ ਸੁਨੇਹਾ ਵੀ ਲਾ ਰਹੇ ਨੇ, ਕਹਿੰਦੇ ਜੋਸ਼ ਦੇ ਵਿੱਚ ਹੋਸ਼ ਨਹੀਂ ਖੋਣੀ ਚਾਹੀਦੀ। ਹਾਂਜੀ, ਕੀ ਕਹਿਣਾ ਚਾਹੋਗੇ? ਬਸ ਅਸੀਂ ਬਹੁਤ ਖੁਸ਼ ਹਾਂ ਜੀ, ਬਹੁਤ ਖੁਸ਼ ਹਾਂ ਜੀ, ਅਸੀਂ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਇਹ CM ਬਣੇ ਆ ਜੀ, ਤੇ ਸਾਰਾ ਪੰਜਾਬ ਨਾਲ ਆ ਇਹਨਾਂ ਦੇ। ਬਸ ਹਾਂਜੀ ਜੀ, ਪੰਜਾਬ ਨਾਲ ਹੈ, ਔਰ ਅੱਜ ਪੰਜਾਬ ਜਿਸ ਢੰਗ ਦੇ ਨਾਲ ਇੱਥੇ ਇਕੱਠਾ ਹੁੰਦਾ ਵੀ ਨਜ਼ਰ ਆਇਆ, ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਇੱਥੇ ਇਕੱਠੇ ਹੁੰਦੇ ਵੀ ਨਜ਼ਰ ਆਏ ਨੇ, ਔਰ ਅਖੀਰ ਤੋਂ ਸ਼ੁਰੂ ਕੀਤਾ ਸੀ ਔਰ ਹੁਣ ਸ਼ੁਰੂਆਤ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਹਾਂ, ਜਿੱਥੇ ਸਹੁੰ ਚੁੱਕ ਸਮਾਗਮ ਲਈ ਸਟੇਜ ਲਾਈ ਹੋਈ ਹੈ, ਜਿੱਥੋਂ ਸਹੁੰ ਚੁੱਕ ਸਮਾਗਮ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ, ਉੱਥੋਂ ਤੱਕ ਵੀ ਪਹੁੰਚਦੇ ਹੋਏ ਅਸੀਂ ਨਜ਼ਰ ਆ ਰਹੇ ਹਾਂ। ਲੇਕਿਨ ਰਾਹ ਦੇ ਵਿੱਚ ਜਿੰਨੇ ਵੀ ਲੋਕ ਨਜ਼ਰ ਆਏ ਨੇ ਉਹ
अपने ढंग दे नाल अपनी गल आखदे नजर आए, कुछ लोग जिहड़े ने सुनेहा लांदे नजर आए, कुछ गाने लिख के लैके आए हुए सी, कुछ इहो जिहे भी सी जिहड़े वख-वख तरीकियां दे नाल भगवंत मान दा वेलकम करदे नजर आए बतौर मुख्यमंत्री। और जिहड़ियां तस्वीरां तुहानूं लगातार असीं विखाउंदे होए नजर आ रहे हां, एंड तो शुरुआत कीती सी, स्टेज हजे भी बहुत दूर पई है, यानी एक वड्डा पंडाल जिहड़ा ਉਹ ਜਿਸ ਢੰਗ ਦੇ ਨਾਲ ਇੱਥੇ ਲੱਗਦਾ ਹੋਇਆ ਨਜ਼ਰ ਆਇਆ। ਔਰ ਐਂਡ ਤੋਂ ਲੈ ਕੇ ਸ਼ੁਰੂਆਤ ਤੱਕ ਦੀ ਗੱਲ ਕਰੀਏ, ਇਕੱਠ ਹੀ ਇਕੱਠ ਲੋਕਾਂ ਦਾ ਵੇਖਣ ਨੂੰ ਮਿਲ ਰਿਹਾ, ਜੋਸ਼ ਹੀ ਜੋਸ਼ ਜਿਹੜਾ ਉਹ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਆਪਣੀ ਆਪਣੀ ਗੱਲ ਆਪਣੇ ਆਪਣੇ ਢੰਗ ਨਾਲ ਕਹਿੰਦੇ ਨਜ਼ਰ ਆ ਰਹੇ ਨੇ। ਔਰ ਇੱਥੇ ਜਿਹੜੇ ਇੰਤਜ਼ਾਮਾਤ ਵੀ ਕੀਤੇ ਹੋਏ ਨੇ, ਚਾਹੇ ਸੁਰੱਖਿਆ ਦੇ ਲਿਹਾਜ਼ ਦੀ ਗੱਲ ਕਰੀਏ ਜਾਂ ਇਸ ਇਕੱਠ ਦੀ ਓਵਰਆਲ ਗੱਲ ਕਰੀਏ, देखो थानू तस्वीरां भी दिखा रहे हैं और जिहड़े पुलिस परसनल ने वो सानू भी दसदे नजर आ रहे हैं कि कित्थों तक किस ढंग की जिहड़ी अरेंजमेंट है वो कीती हुई है, किस ढंग दे नाल मीडिया भी इस पूरे समागम नू कवर कर सकता है। लेकिन जिहड़ियां तस्वीरां भी थानू विखा रहे हैं, वड्डी गिनती दे विच फोर्स जिहड़ी है इत्थे लाई हुई है, इंतजामात कीते हुए ने, खास करके इन्ने वड्डे इकट्ठ नू किस ढंग दे नाल सांभणा है उस लई इत्थे इंतजामा जिहड़े कीते हुए ने, ला एंड ऑर्डर की सिचुएशन नू किस ढंग दे नाल मेनटेन करना है। और कोशिश करांगे अगे जाण दी भी अगे किस तरह के इंतजामात ने, की कुछ कहना लोगों का, उसकी भी थानू हर एक अपडेट जिहड़ी है वह देंदे रहांगे। बिल्कुल इस पंडाल के अद्ध विचाल दे विच असीं मौजूद हाँ, अगे जाना जिहड़ा वह मुश्किल जिहा हुंदा नजर आ रहा, क्योंकि इकट्ठ जिहड़ा वह इत्थे वधिया होया नजर आ रहा है, जिस करके जिहड़े आ ब्लॉक बनाए हुए सी इन्हां नूं बंद कर दिता गया, लोगों को कहा गया भी जिते भी जगह मिलती है उत्थे आप ही एडजस्ट हो जाओ, और लोग एडजस्ट भी होंदे नजर आ रहे हैं। हाँ जी, तुसीं दिल्ली तो आए हो? हाँ जी, दिल्ली तो आए हूँ। हाँ जी, की कहना चाहते हो अज इन्ना वड्डा इकट्ठ, इन्नी वड्डी रैली का रूप लेंदा नजर आ रहा है, सोच चुक समागम? मैं विधायक का पुत्र हूं दिल्ली तो, मैं ये कहना चाह रहा हूँ आपको, आप जैसे दिल्ली में आपने काम देखा, इसी तरह पंजाब में आप काम देखेंगे आप लोग। दिल्ली में जिस तरह हमने एक तरफा सरकार बनाई और हमने काम किया, उस तरह पंजाब में काम करके देखेंगे, एक महीने में रिजल्ट आपको भगवान मान दिखा देंगे आपको। किस तरह से देखते हैं इस बदलाव को, आज बदलाव सर, बदलाव का साक्षी बनने के लिए लोग आ रहे हैं सर, बदलाव आप लोग देखेंगे, आप देखिए जन सैलाब हमारे साथ उमड़ने को आ रहा है, पूरा पंजाब इधर आया हुआ है, पूरा पंजाब इधर खड़ा हुआ है, दिल्ली पूरी दिल्ली इधर आई हुई है, पूरा पंजाब इधर आया हुआ है, बदलाव मैं नहीं देखूंगा, बदलाव आप लोग देखेंगे, मीडिया देखेगी बदलाव। कैसे देखते हैं आप सर? मैं कैसे देखते हैं जिस तरह से सत्ता परिवर्तन हुआ, बड़े बड़े दिग्गज धराशायी होते नजर आए सर, दिल्ली में हमने पटक मारी है भाजपा को, इस तरह ही आपने कांग्रेस को और भाजपा को पटक मारी है पंजाब में। मेरे भाई, मेरे छोटे भाई इधर आए हुए हैं दिल्ली से ही, अंशुल कौशिक, ये बताएंगे बाकी बात। देखो दिल्ली में जो बदलाव दिल्ली की जनता ने देखे, दिल्ली के वोटर ने देखे, अब वो समय आ चुका है कि पंजाब की जनता जिसने इतना बड़ा जनाधार, जितना बड़ा एक सत्ता परिवर्तन किया है, आज आम आदमी के पार्टी के साथ आके वो खड़ी हुई है, अब वो समय आ चुका है कि ईमानदार सरकार, जो रेत माफिया हैं पंजाब के और जो बाहुबली बने घूम रहे थे पंजाब के अंदर, वो अब वो बदलाव करने का समय आ गया है कि ईमानदार सरकार आपके बीच आ चुकी है, और जो वोटर हैं वो बदलाव जो है वो आने वाले दिनों में बहुत जल्द देखेंगे। जागरूक हो चुके हैं वोटर, अपने जिहड़े अधिकार हैं उन्हां लई जागरूक हो रहे हैं। हाँ जी, तुसी की कहना चाहोगे? मेरा नाम भावना बिदूड़ी है, मैं दिल्ली से आई हूँ और हम आम आदमी पार्टी से जुड़े हुए हैं, काफी सारे लोग आए हैं हमारे साथ। सबसे बड़ी बात यह है कि दिल्ली के जो परिवर्तन है उनको देखते हुए पंजाब के लोगों ने आम आदमी पार्टी को ये मौका दिया, क्योंकि उन्हें साफ सुथरी सरकार चाहिए, उन्हें जो नशा है पंजाब की जो सबसे बड़ी बुराई है उससे लोगों को छुटकारा चाहिए, और एक ऐसी साफ सुथरी सरकार चाहिए जो सिर्फ अपने हितों के बारे में ना सोचते हुए आम जनता के बारे में सोचे। जी, पंजाब के लोग श्री अरविंद केजरीवाल जी ते भगवंत मान जी की सोच तो प्रभावित ने, जिदा दिल्ली दे विच नवा मॉडल सानू देखने को मिले, इसे तरह पंजाब दे विच बदलाव आएगा, बिल्कुल क्लीन स्वीप करता, वैक्यूम चलाता पंजाब के लोगों के असं धन्यवादी हाँ। जिथों तक अज पंडाल दे विच किसी नूं बैठण नूं जगह नहीं मिलती, खड़न नूं नहीं मिलती, मैं सारे अगे हाथ जोड़ के रिक्वेस्ट करदा कि असीं मान साहब साढ़े विचों गए ने, अज सहुं खा रहे ने, साढ़े विचों गए ने, साढ़े भरा ने, जिथे भी जगह मिलती आ
खड़ जाओ बैठ जाओ, बहुत वधिया प्रबंध है, लंगर का भी अच्छा प्रबंध है। बिल्कुल, लोकी खुद ही समझदार ने, लोकी समागम नू अपना समागम समझ रहे ने। हां जी, वीडियो साहब तुसी भी दस्सो कि कैसे जानना चाहना है कि पंजाब विच पहली बार आम आदमी पार्टी ने वो काम करके दिखा लेने हैं जिहड़े जिंदगी कहिंदे सोचे भी नहीं होने। 70 साल हो गए सानू इन्हां कांग्रेस अकालियां बीजेपी दा ने सानू ऐन ठोक के रखिया सीगा। मैं कहना अज साडा पंजाब अज असल विच भगत सिंह ने सानू आजाद करवाया सी ते अज भगवंत मान ने भी सानू आजाद करवाता। मैं इन्हां दा बहुत तहे दिलों शुक्रगुजार हां। जे पंजाब दे सीएम सानू बहुत वधिया मिल चुके ने ते आने वाले टाइम दे विच कहिंदे सोचे भी नहीं होणगे। थैंक यू। इस दे विच संगरूर दा बहुत वड्डा योगदान रहा जी। ये बूटा सी जिहड़ा संगरूर वालिआं ने लाया सीगा जी, अज ये बूटे नू फल है जिहड़ा ये सारे पंजाब दी बदौलत अज ये बूटे नू फल आया जी। ये सब तो पहला संगरूर वालिआं दी बहुत वड्डी। कहना चाहोगे संगरूर ते? हाँ जी सर। की कहना चाहते हैं अज संगरूर वाले भगवंत मान नू? सर सानू बहुत वड्डा माण है जी, संगरूर जिले ने बूटा लाया सी, अज बूटे ने फल दित्ता जी। हुण सर वो समा दूर नहीं है जदों केजरीवाल पंजाब दे प्रधानमंत्री जो केजरीवाल भारत के प्रधानमंत्री बन गए हूँ दिन दूर नहीं है जी। सुपना लेके चल रहे हैं। हाँ जी सर। बठिंडा के हाथ जो भी पहला रविंद्र कौर रूबी जी ने जिताया हम रतन जी ने पूरे 35,000 ना जिताया भगवंत मान जी बहुत बड़े आप अमृतसर तो हाँ जी। पिछले 5 साल तो लोगों ने बहुत संताप भोग झग चलिया जो झूठे लोगों के परचे ये हम परंपरा जी बंद हो जाएगी। भगवंत मान हाँ जी हाँ जी अभी अमृतसर तो आए हैं जी। भाजी बहुत खुशी वाली गल आ, वेखो एक ईमानदार मुख्यमंत्री बन जा रहा पंजाब का भगवंत मान जी, तो बड़िया आसा उम्मीदा ने परमात्मा करे चंगी आसा चंगी उम्मीदा से उतरन तो असी गह आने वाले फिर इन्हों 5 साल बाद चुनीए। बिल्कुल हूँ असी स्टेज के बिल्कुल जिहड़ियां ने कुछ कहिंदियां नजर आंदियां ने लोकां नूं, की कुछ कहना लोकां दा। और हुण जिहड़ी स्टेज है जिसका इंतजार किया जा रहा है उसकी भी तुहानूं तस्वीर विखा दिंदे हां कि किस ढंग की तस्वीर इस स्टेज की वेखण नूं मिल रही है। हालांकि लोग जिहड़े ने और जिस ढंग का जोश इत्थे विखांदे नजर आ रहे हैं स्पष्ट लफ्जां दे विच कह रहे हैं कि बदलाव नूं चुण लिया और आ बदलाव जिहड़ा छेती पंजाब की नुहार नूं बदलता भी नजर आएगा। वेखण वाली गल रहेगी सोचुक समागम होंदा नजर आ रहा है और इस समुचित समागम तो बाद जो सरकार कामकाज शुरू कर दी है किस ढंग का कामकाज रहेगा सरकार का और किस स्पीड दे नाल काम होंदे नजर आणगे। कैमरामैन आनंद दे नाल विनित कपूर, दैनिक सवेरा टीवी, खटखड़ कलां। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठगा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान। फ्री 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 मियां रफीक मोहम्मद मोबाइल 84374 94647 84374 94648।